ਹਾਲੇਲੂਇਆ ਪਾਸੇ ਸਿਸਨ ਨਾਮ ਅੰਜੂ ਆ ਇੰਦਰਾ ਕਲੋਨੀ ਦੇ ਰਹਿਣ ਵਾਲੇ ਇਹਨਾਂ ਦੇ ਬੇਟੇ ਦੀ ਅਦਭੁਤ ਗਵਾਹੀ ਆ ਇਹਨਾਂ ਦਾ ਬੇਟਾ 2 ਸਾਲ ਤੋਂ ਚੱਲ ਨਹੀਂ ਰਿਹਾ ਸੀਗਾ ਤੇ ਡਾਕਟਰਾਂ ਦੇ ਕੋਲ ਗਏ ਬਹੁਤ ਸਾਰੀਆਂ ਦਵਾਈਆਂ ਖਾਧੀਆਂ 6 ਮਹੀਨੇ ਲਗਾਤਾਰ ਦਵਾਈਆਂ ਖਾਧੀਆਂ ਲੇਕਿਨ ਕੋਈ ਵੀ ਇਹਨਾਂ ਨੂੰ ਫਰਕ ਨਹੀਂ ਪਿਆ ਲੇਕਿਨ ਜਦੋਂ ਇਹਨਾਂ ਨੇ ਚਰਚ ਆਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਚੱਲ ਪਾ ਰਿਹਾ ਦੌੜ ਪਾ ਰਿਹਾ ਕੋਈ ਵੀਕਨੈਸ ਨਹੀਂ ਜੇ ਡਾਕਟਰਾਂ ਦੇ ਕੋਲ ਗਏ ਡਾਕਟਰਾਂ ਨੇ ਬੋਲਿਆ ਸੀ ਖੂਨ ਘੱਟ ਆ 6 ਮਹੀਨੇ ਤੋਂ ਦਵਾਈ ਖਾ ਰਹੇ ਸੀ ਲੇਕਿਨ ਕੋਈ ਫਰਕ ਨਹੀਂ ਪਿਆ ਲੇਕਿਨ ਜਿੱਦੇ ਚਰਚ ਆਉਣਾ ਸ਼ੁਰੂ ਕੀਤਾ ਹੁਣ ਇਹਨਾਂ ਦਾ ਬੇਟਾ ਚੱਲ ਪਾ ਰਿਹਾ ਆ छुटकारा यीशु नासरी ने दिया छुटकारा यीशु नासरी ने दिया छुटकारा जो नारी परमेश्वर जी कितने टाइम होए ਤੁਹਾਨੂੰ ਆਉਂਦੇ ਨੇ ਕੀ ਦੱਸਣਾ ਚਾਹੁੰਦੇ ਕਿਦਾਂ ਹੀਲਿੰਗ ਹੋਈ ਤੁਸੀਂ ਖੁਦ ਦੱਸ ਸਕਦੇ ਹੋ ਅਜਾ ਬੇਟਾ ਤੁਸੀਂ ਮੋਹਰੇ ਮੋਹਰੇ ਤੁਹਾਡੇ ਮਗਰ ਆਵੇਗਾ ਤੁਸੀਂ ਆਜੋ ਆਪੇ ਮਗਰ ਆਵੇਗਾ ਆਜਾ ਆਜਾ ਓਹੋ ਆਪੇ ਆਜਾ 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 ਤੁਹਾਡੇ ਮਗਰ ਆਵੇਗਾ ਅੱਜ ਤੁਸੀਂ ਇੱਧਰ ਆਲੇ ਇੱਧਰ ਆਜਾ ਉਹ ਐਕਸਾਈਟਮੈਂਟ ਦੇ ਨਾਲ ਖੜਾ ਹੋਇਆ ਫੇਸ ਨੂੰ ਕੈਚ ਕਰੋ ਨਾ ਓਹੋ ਅੰਮ੍ਰਿਤ ਸੰਧੂ ਆ ਗਿਆ ਜੀ ਪ੍ਰਚਾਰ ਕਰਨ ਲੱਗਾ ਕਹਿੰਦਾ ਮੈਂ ਕਰਦਾ ਪ੍ਰਚਾਰ ਇਹ ਚੱਲ ਨਹੀਂ ਸੀ ਪਾਉਂਦਾ ਇੱਦਾਂ ਗਿਰ ਜਾਂਦਾ ਸੀਗਾ ਤੁਰਦਾ ਹੀ ਨਹੀਂ ਸੀ ਕਿੰਨੇ ਟਾਈਮ ਤੋਂ ਨਹੀਂ ਸੀ ਤੁਰਦਾ ਮਾਈਕ ਕੋਲ ਹੁਣ ਤਾਂ ਦੌੜ ਰਿਹਾ ਹੁਣ ਤਾਂ ਦੌੜ ਰਿਹਾ ਆਹਾ ਤਾਰੀਫ ਕਰੋ ਪਰਮੇਸ਼ਵਰ ਦੀ ਜੋਰ ਨੂੰ ਸਮਝ ਲੱਗ ਰਿਹਾ ਬੱਚਾ ਕਦੇ ਚੱਲਿਆ ਨਹੀਂ ਸੀ ਕਦੇ ਬਚਪਨ ਤੋਂ ਜ਼ਿਆਦਾ ਪੈਦਾ ਹੋਇਆ ਤੁਰੇ ਖੜਿਆ ਨਹੀਂ ਤੁਹਾਡੇ ਸਾਹਮਣੇ ਚੱਲ ਰਿਹਾ ਉਹ ਦੇਖੋ ਦੌੜ ਰਿਹਾ ਹੁਣ ਉਹ ਦੇਖੋ ਤੁਹਾਡੇ ਸਾਹਮਣੇ ਕੀ ਗੱਲ ਹੈ ਜੋ ਇਹ ਤੁਹਾਡੀ ਜ਼ਿੰਦਗੀ ਚ ਹੋਣ ਜਾ ਰਿਹਾ ਜਦੋਂ ਤੁਸੀਂ ਦੇਖ ਲਿਆ